जी बिस्मिल्लाहिर्रहमानिर्रहीम। जी गाइज़ क्या हाल चाल है, ठीक ठाक हो? गाइज़ अज असी बनाने लगे हाँ दाल माश, सफेद जिहड़ी दाल हुंदी आ उह बनाने लगे हाँ, ते नाल असी बनाने लगे हाँ चिकन। ठीक है, माश दाल ते चिकन असी बनाने लगे हाँ, ते अज असी दिल कीता भी असी दा घर दे विच दाल माश ते चिकन खानी, असी उह बनाने लगे हाँ, ते उहदी असी वीडियो लगे हाँ शेयर करन यूट्यूब ते। ठीक है, ਅਤੇ ਪਸੰਦ ਆਏ ਤਾਂ ਲਾਈਕ ਅਤੇ ਕਮੈਂਟ ਜ਼ਰੂਰ ਕਰਿਓ। ਠੀਕ ਹੈ, ਅਤੇ ਚਲੋ ਹੁਣ ਵੀਡੀਓ ਸ਼ੁਰੂ ਕਰੀਏ ਅਸੀਂ। ਜੀ ਬਿਸਮਿਲ੍ਲਾ ਰਹਿਮਾਨ ਰਹੀਮ। ਲਓ ਜੀ, ਇਹ ਲਸਣ ਅਤੇ ਅਦਰਕ, ਟਮਾਟਰ ਅਤੇ ਹਰੀ ਮਿਰਚ। ਠੀਕ ਹੈ, ਇਹ ਹੈਗਾ ਪਿਆਜ਼। ਠੀਕ ਹੈ, ਇਹ ਮਸਾਲਾ ਹੈਗਾ ਸਾਰਾ ਚਿਕਨ ਦਾ ਅਤੇ ਮਾਸ਼ ਦਾਲ ਦਾ। ਹੋ ਗਿਆ ਘਿਓ ਗਰਮ, ਇਹ ਆ ਗਿਆ ਹੁਣ ਪਿਆਜ਼ ਵਿੱਚ ਫਰਾਈ ਹੋਣ ਵਾਸਤੇ, ਪਿਆਜ਼ ਲਾ ਤਾ। ਇਹ ਹੁਣ ਲਾਉਣ ਲੱਗੇ ਹਾਂ ਜੀ ਲਸਣ ਅਦਰਕ, ਇਹਨੂੰ ਬਰਾਊਨ ਕਰਨਾ ਲਸਣ ਅਦਰਕ ਨੂੰ। ਪਿਆਜ਼ ਬਰਾਊਨ ਹੋ ਗਿਆ, ਹੁਣ ਲਸਣ ਅਦਰਕ ਬਰਾਊਨ। ਹਾਂਜੀ, ਇਹ ਆ ਗਏ ਆਪਣੇ ਟਮਾਟਰ। ਠੀਕ ਹੈ, ਲਸਣ ਅਦਰਕ ਬਰਾਊਨ ਹੋ ਗਿਆ ਅਤੇ ਹੁਣ ਟਮਾਟਰ, ਇਹਨਾਂ ਨੂੰ ਫਰਾਈ ਕਰਨਾ ਟਮਾਟਰਾਂ ਨੂੰ। ਇੱਕ ਚਮਚ ਨਮਕ, ਦੋ ਸਵਾ ਦੋ ਚਮਚ ਨਮਕ ਦੇ ਲਾਉਣੇ ਨੇ ਤੁਸੀਂ। ਹਾਂਜੀ, ਹਲਦੀ ਆ ਗਈ ਦੋ ਚਮਚ, ਤਿੰਨ ਚਮਚ ਨਮਕ, ਮਿਰਚ ਦੇ ਤਿੰਨ ਚਮਚ। ਲਓ ਜੀ, ਤੜਕਾ ਹੋ ਗਿਆ ਤਿਆਰ, ਅਤੇ ਹੁਣ ਲਾਈਏ ਗੋਸ਼ਤ ਦੇ ਵਿੱਚ। ਹਾਂਜੀ, ਇਹ ਆ ਗਿਆ ਹੁਣ ਗੋਸ਼ਤ ਵਿੱਚ। ਠੀਕ ਹੈ, ਹੁਣ ਗੋਸ਼ਤ ਨੂੰ ਫਰਾਈ ਕਰਾਂਗੇ। ਮਾਸ਼ਾਅੱਲਾ ਜੀ, ਕਿਆ ਬਾਤ ਹੈ, ਜ਼ਬਰਦਸਤ ਹੋ ਗਿਆ। ਲਓ ਜੀ, ਇਹ ਹੁਣ ਅਸੀਂ ਲਾ ਰਹੇ ਹਾਂ ਅੱਛੇ ਤਰੀਕੇ ਨਾਲ, ਇਹਨੂੰ ਭੁੰਨ ਰਹੇ ਹਾਂ। ਠੀਕ ਹੈ, ਲਓ ਜੀ, ਇਹ ਆ ਗਈ ਜੀ ਦਾਲ, ਹੁਣ ਲਓ। ਮਾਸ਼ਾਅੱਲਾ ਜੀ, ਕਿਆ। ਲਓ ਜੀ, ਇਹ ਹਲਕਾ ਜਿਹਾ ਪਾਣੀ ਲਾਉਣਾ ਬਸ। ਲਓ ਜੀ ਭਾਈ ਜੀ, ਹੁਣ ਲੱਗੇ ਹਾਂ ਇਹਨੂੰ ਪ੍ਰੈਸ਼ਰ ਲਾਉਣ ਅਸੀਂ। ਠੀਕ ਹੈ ਜੀ, ਲਓ ਜੀ, ਹਰੀ ਮਿਰਚ ਲਾ ਕੇ ਅਤੇ ਹੁਣ ਲੱਗੇ ਹਾਂ ਅਸੀਂ ਪ੍ਰੈਸ਼ਰ ਲਾਉਣ। ਮਾਸ਼ਾਅੱਲਾ ਜੀ, ਇਹ ਅਦਰਕ ਵੀ ਆ ਗਿਆ ਵਿੱਚ ਹੋਰ ਸਾਬਤ। ਜ਼ਬਰਦਸਤ ਹੋ ਗਿਆ ਜੀ ਭਾਈ ਜੀ, ਕਮਾਲ ਹੋ ਜਾਣਾ ਸਾਲਾ। ਲਓ ਜੀ ਭਾਈ ਜੀ, ਇਹ ਸਿਰਫ 10 ਮਿੰਟ ਹੀ ਸੀਟੀ ਲਾਉਣੀ ਹੈ, ਜ਼ਿਆਦਾ ਨਹੀਂ 10 ਮਿੰਟ, ਕਿਉਂਕਿ ਦਾਲ ਗਲ ਜਾਂਦੀ ਹੈ ਬਹੁਤੀ, ਇਸ ਵਜ੍ਹਾ ਤੋਂ ਕਰਕੇ ਥੋੜ੍ਹਾ ਹੀ ਟਾਈਮ ਪ੍ਰੈਸ਼ਰ ਨੂੰ ਦੇਣਾ, ਜ਼ਿਆਦਾ ਨਹੀਂ। ਲਓ ਜੀ, ਇਹ ਵੇਖੋ ਜੀ, ਹੁਣੇ ਬਿਸਮਿਲ੍ਲਾ, ਜ਼ਬਰਦਸਤ ਹੋ ਗਿਆ ਜੀ ਭਾਈ ਜੀ, ਕਿਆ ਬਾਤ ਹੈ ਜੀ, ਮਾਸ਼ਾਅੱਲਾ ਜੀ, ਮਾਸ਼ਾਅੱਲਾ, ਓਏ ਹੋਏ ਹੋਏ, ਕਮਾਲ ਹੋ ਗਿਆ, ਓਏ ਹੋਏ ਹੋਏ, ਮਾਸ਼ਾਅੱਲਾ, ਮਾਸ਼ਾਅੱਲਾ ਜੀ, ਮਾਸ਼ਾਅੱਲਾ, ਕਿਆ ਬਾਤ ਹੈ ਜੀ, ਆਹ ਸੁਭਾਨ ਅੱਲਾ।
ਮਾਸ਼ਾਅੱਲਾ ਜੀ, ਇਹ ਵੇਖੋ ਗਾਰਨਿਸ਼ ਲੱਗ ਰਹੀ ਹੈ ਉੱਤੇ, ਜ਼ਬਰਦਸਤ ਹੋ ਗਿਆ ਜੀ। ਲਓ ਜੀ, ਇਹ ਜ਼ੀਰਾ ਉੱਤੇ ਲਾ ਦਿੱਤਾ ਹਲਕਾ ਜਿਹਾ। ਲਓ ਜੀ ਭਾਈ ਜੀ, ਇਹ ਉੱਤੇ ਹਲਕੀ ਮਿਰਚ ਜਿਹੜੀ ਹੈ ਨਾ, ਕਾਲੀ ਮਿਰਚ ਦਾ ਪਾਊਡਰ ਜਿਹੜਾ ਉਹ ਲਾ ਦਿੱਤਾ, ਠੀਕ ਹੈ ਜੀ। ਵਿੱਚ ਨਹੀਂ ਅੱਜ ਲਾਇਆ, ਤੇ ਅੱਜ ਇੰਜ ਹੀ ਬਰੂ ਰਿਹਾ ਉੱਤੇ ਅਸੀਂ, ਹਲਕੀ ਜਿਹੜੀ ਕਾਲੀ ਮਿਰਚ ਹੈ ਇਸੇ ਤਰ੍ਹਾਂ ਹੀ ਬਰੂ ਰਿਹਾ, ਠੀਕ ਹੈ। ਤੇ ਪਲੀਜ਼ ਸਾਡੇ ਚੈਨਲ ਤੇ ਨਹੀਂ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਤੇ ਕਮੈਂਟ ਕਰੋ, ਠੀਕ ਹੈ ਜੀ। ਤੇ ਇਹ ਵੇਖੋ ਜੀ, ਮਾਸ਼ ਦਾਲ ਤੇ ਮੁਰਗ, ਕਿਆ ਬਾਤ ਹੈ ਜੀ, ਮਾਸ਼ਾਅੱਲਾ ਜ਼ਬਰਦਸਤ ਹੋ ਗਿਆ ਜੀ, ਕਮਾਲ ਹੋ ਗਿਆ।